ਬਾਰ ਲਾਹੌਰ ਨਿਊਜ਼ ਲਾਓ ਉਹ ਦੇਖੋ ਖਬਰਾਂ ਤੇ ਨਾਲ ਮਿੱਠੇ ਚੌਲ ਖਾਓ ਵੱਡਾ ਨੈਟਵਰਕ ਰਿਪੋਰਟਰਾਂ ਦਾ ਜਾਲੇ ਵੱਡੀਆਂ ਨੇ ਪ੍ਰੋਗਰਾਮ ਨਿਊਜ਼ ਦੀ ਭਰਮਾਰੇ ਵੈਲਕਮ ਬੈਕ ਨਾਜ਼ਰੀਨ ਬ੍ਰੇਕ ਸੇ ਵਾਪਸ ਆ ਗਏ ਹੈ ਤੋ ਆਏ ਔਰ ਵੀ ਲੋਗੋ ਸੇ ਬਾਤੇ ਕਰਤੇ ਹੈ ਅਸਲਾਮ ਅਲੈਕੁਮ ਵਾਲੇਕੁਮ ਅਸਲਾਮ ਆਪਕਾ ਨਾਮ ਨਿਸ਼ਾਨ ਕੀ ਕਰਤੇ ਹੈ ਆਪ ਗਵਰਨਮੈਂਟ ਪਲੇਅਰ ਹੂੰ ਓਕੇ ਯਹਾਂ ਪੇ ਕੈਸੇ ਆਨਾ ਹੁਆ ਨਿਸ਼ਾਨ ਆਪਣੇ ਦੋਸਤ ਕੇ ਸਾਥ ਆਏ ਵੋ ਪੈਂਟ ਸ਼ਰਟ ਲੈਣੇ ਓਕੇ ਆਪਨੇ ਕੁਛ ਨਹੀਂ ਲਿਆ ਅਭੀ ਤੱਕ ਦੇਖ ਰਹੇ ਹਾਂ ਚਲੇ ਸਵਾਲ ਕਰੂੰ ਆਪ ਜੀ ਮਿਸ ਹਿਊਮਨ ਬਾਡੀ ਮੇ ਜਿਤਨੇ ਬੈਕਟੀਰੀਆ ਪਾਏ ਜਾਤੇ ਹੈ ਉਨਕਾ ਟੋਟਲ ਵੇਟ ਕਿਤਨਾ ਹੋਤਾ ਹੈ I don't know. ਕੋਸ਼ਿਸ਼ ਤਾਂ ਕਰੋ ਯਹਾਂ ਆਪ ਕੁਸਚਨ ਚੇਂਜ ਕਰ ਲੇ ਕੁਸਚਨ ਚੇਂਜ ਕਰ ਲੇ ਚਲੇ ਮੁਝੇ ਯੇ ਬਤਾ ਦੇ ਆਪ ਕਿ ਵੋ ਕਿਆ ਚੀਜ਼ ਹੈ ਜੋ ਕਭੀ ਨਹੀਂ ਆਤੀ ਆਨਾ ਹੋਤਾ ਫਿਰ ਨਹੀਂ ਆਤੀ ਅਭੀ ਤੋ ਐਸੀ ਕੋਈ ਚੀਜ਼ ਹੈ ਜੋ ਅਭੀ ਤੱਕ ਨਹੀਂ ਆਈ ਹੋ ਚਲੋ ਕਿਆ ਸੁਣਾਓਗੇ ਆਪਕੋ ਮੈਂ ਸੌਂਗ ਸੁਣਾ ਦੂੰਗਾ ਅੱਖੀਆਂ ਉਡੀਕਦੀਆਂ ਦਿਲ ਵਜਾ ਮਾਰਦਾ ਆਜਾ ਪਰਦੇਸ ਆਈ ਵਾਸਤਾਈ ਪਿਆਰ ਦਾ ਆਜਾ ਤੈਨੂੰ ਅੱਖੀਆਂ ਉਡੀਕਦੀਆਂ ਸਜਣਾ ਤੈਨੂੰ ਅੱਖੀਆਂ ਉਡੀਕਦੀਆਂ ਸਜਣਾ ਤੈਨੂੰ ਅੱਖੀਆਂ ਉਡੀਕਦੀਆਂ ਜਦੋਂ ਦਾ ਤੂੰ ਰੁੱਸ ਗਿਆ ਸਾਡੇ ਨਾਲ ਡੋਲਨਾ ਭੁੱਲ ਗਿਆ ਕਾਵਾਂ ਨੂੰ ਬਨੇਰੇ ਉੱਤੇ ਬੋਲਨਾ ਆ ਜਾ ਤੈਨੂੰ ਅੱਖੀਆਂ ਉਡੀਕਦੀਆਂ ਸਜਣਾ ਤੈਨੂੰ ਅੱਖੀਆਂ ਉਡੀਕਦੀਆਂ ਸਜਣਾ ਤੈਨੂੰ ਅੱਖੀਆਂ ਉਡੀਕਦੀਆਂ ਵੈਰੀ ਨਾਈਸ ਗਾਣਾ ਗਾਤੇ ਰਹਤੇ ਅੱਗੇ ਪਿੱਛੇ ਨਹੀਂ ਨਹੀਂ ਆ ਮਾਂ ਮੇਰੇ ਦੋਸਤ ਹੈ ਵੋ ਉਨਕੇ ਸਾਥ ਵੋ ਸੌਂਗ ਕਾ ਸ਼ੌਕ ਹੈ ਉਸਕੇ ਸਾਥ ਰਲ ਮਿਲ ਕੇ ਰਲ ਮਿਲ ਕੇ ਅੱਛਾ ਯੇ ਕਿਆ ਹੋਤਾ ਸੌਂਗ ਇਹ ਨਾ ਉਸਕੇ ਉਸਕੋ ਨਾ ਅਟੈਚ ਹੋਗੇ ਨਾ ਵੋ ਯੇ ਇਸਕੀ ਇੱਕ ਕਹਤੇ ਹੈ ਫੀਲਿੰਗ ਹੈ ਫੀਲਿੰਗਸ ਹੈ ਬਸ ਯੇ ਕਹਿ ਲੇਂਗੀ ਲਾਜ਼ਮੀ ਹੈ ਕੰਪਲਸਰੀ ਜਿਸੇ ਕਹਿ ਲੈਣਾ ਵੋ ਹੈ ਜ਼ਬਰਦਸਤ ਅੱਛੀ ਆਵਾਜ਼ ਹੈ ਆਪਕੀ ਲਾਹੌਰ ਨਿਊਜ਼ ਕੀ ਤਰਫ ਸੇ ਆਪਕੇ ਲਈ ਸ਼ੁਕਰੀਆ ਜੀ ਨਾਜ਼ਰੀਨ ਬੜਾ ਮਜ਼ਾ ਆਇਆ ਬੜਾ ਅੱਛਾ ਗਾਣਾ ਸੁਣਾ ਔਰ ਇਹ ਗਾਣਾ ਜੋ ਹੈ ਮੁਝੇ ਪਸੰਦ ਵੀ ਹੈ ਤੋ ਕਿਸੀ ਔਰ ਸੇ ਬਾਤ ਕਰਤੇ ਹੈ ਅਸਲਾਮੁ ਅਲੈਕੁਮ ਵਾਲੇਕੁਮ ਅਸਲਾਮ ਆਪਕਾ ਨਾਮ ਸਹਿਰ ਆਪਕਾ ਨਾਮ ਅਹਿਮਦ ਇਤਨੀ ਹੰਸੀ ਕਿਉਂ ਆ ਰਹੀ ਹੈ ਫਾਈਨਲੀ ਅਭੀ ਹਾਂ ਓਕੇ ਕੌਨ ਸੀ ਕਲਾਸ ਮੈਂ ਮਾਸ਼ਾਅੱਲਾ ਮਾਸ਼ਾਅੱਲਾ ਔਰ ਆਪ ਫਾਈਵ ਆਪ ਵੀ ਬੜੇ ਸ਼ਰਾਰਤੀ ਲੱਗ ਰਹੇ ਹੋ ਸਹੀ ਹੈ ਨਹੀਂ ਮੈਂ ਸ਼ਰਾਰਤ ਨਹੀਂ ਕਰਦਾ ਇਹ ਸ਼ਰਾਰਤੀ ਇਹ ਦੋਨੋਂ ਹੀ ਬਹੁਤ ਸ਼ਰਾਰਤੀ ਹੈ ਆਪ ਇਨਕੀ ਚੱਚੀ ਹੂੰ ਮੈਂ ਚੱਚੀ ਹੈ ਤੋ ਚੱਚੀ ਕੋ ਤੰਗ ਤੋ ਨਹੀਂ ਕਰਤੇ ਹੋ ਨਹੀਂ ਕਰਤੇ ਹੋਗੇ ਨਹੀਂ ਕਰਤੇ ਹੋ ਬਹੁਤ ਤੰਗ ਕਰਤੇ ਹੈ ਦੋਨੋਂ ਓਹੋ ਆ ਰਹੀ ਹੈ ਚਲੇ ਜੀ ਸਵਾਲ ਕਰਦੀ ਹੂੰ ਜੀ ਰੈਡੀ ਹੋ ਰੈਡੀ ਹੈ ਆਪ ਵੀ ਪੱਕਾ ਚਲੋ ਜੀ ਗੌਰ ਸੇ ਸੁਣੀਏਗਾ ਮੇਰਾ ਸਵਾਲ ਮੁਝੇ ਬਤਾਏ ਆਪ ਕਿ ਵੋ ਕੌਨ ਸੀ ਚੀਜ਼ ਹੈ ਜੋ ਕਭੀ ਨਹੀਂ ਆਤੀ ਲਾਈਕ ਉਸਨੇ ਆਨਾ ਹੋਤਾ ਮਗਰ ਨਹੀਂ ਆਤੀ ਵੋ ਕੌਨ ਸੀ ਚੀਜ਼ ਹੈ ਜੋ ਕਭੀ ਨਹੀਂ ਆਤੀ ਵੇਟ ਹੋਤਾ ਉਸਕੇ ਆਨੇ ਕਾ ਮਗਰ ਵੋ ਨਹੀਂ ਆਤੀ ਕਭੀ ਨਹੀਂ ਆਤੀ ਵੋ ਕੌਨ ਸੀ ਚੀਜ਼ ਹੈ ਜੋ ਕਭੀ ਨਹੀਂ ਆਤੀ ਵੇਟ ਹੋਤਾ ਪਰ ਆਤੀ ਨਹੀਂ ਚਿੰਟੀ ਚਿੰਟੀ ਨੋਪ ਤੁਮ ਚਿੰਟੀ ਕਾ ਵੇਟ ਕਰਦੀ ਹੋ ਤੁਮ ਮੱਖੀ ਕਾ ਵੇਟ ਕਰਦੀ ਹੋ ਕੋਕਰੋਚ ਕੋਕਰੋਚ ਕਾ ਵੇਟ ਕਰਦੀ ਹੋ ਛਿਪਲੀ ਕੋਈ ਅੱਛੀ ਚੀਜ਼ ਹੈ ਤੁਹਾਡੇ ਪਾਸ ਕਿਆ ਸ਼ੇਅਰ ਕਰੇਂਗੇ ਇੱਕ ਬਿਊਟੀ ਟਿਪ ਸ਼ੇਅਰ ਕਰਨਾ ਚਾਹੂੰਗੀ ਆਪ ਸਕਿਨ ਕੋ ਗਲੋਇੰਗ ਕਰਨੇ ਕੇ ਲੀਏ ਅਗਰ ਹਮ ਦੂਧ ਕੇ ਅੰਦਰ ਜੋ ਹੈ ਵੋ ਐਲਮਿਟ ਕਾ ਪਾਊਡਰ ਇੱਕ ਚਮਚ ਡਾਲ ਦੇ ਔਰ ਇੱਕ ਚਮਚ ਦੂਧ ਇਨਕਾ ਪੇਸਟ ਬਣਾ ਕੇ ਅਗਰ ਹਮ ਫੇਸ ਪੇ 10 ਮਿੰਟਸ ਕੇ ਲੀਏ ਲਗਾਏ ਤੋ ਸਕਿਨ ਬਹੁਤ ਗਲੋਇੰਗ ਹੋ ਜਾਤੀ ਹੈ ਔਰ ਵਾਈਟ ਹੋ ਜਾਤੀ ਹੈ ਜ਼ਬਰਦਸਤ ਵਾਕਈ ਬਹੁਤ ਸ਼ਰਾਰਤੀ ਬੱਚੇ ਕੋ ਸੁਣਾਣਾ ਮੈਂ ਮੈਸੇਜ ਦੇਣਾ ਚਾਹਤਾ ਹੂੰ ਕਿ ਨਿਆ ਪਾਕਿਸਤਾਨ ਬਣਾ ਤੋ ਹਮਾਰੀ ਪੜ੍ਹਾਈਓ ਕੋ ਵੀ ਸਹੀ ਕਰਨਾ ਚਾਹੀਏ ਪੜ੍ਹਾਈ ਮੈਂ ਕਿਆ ਚੇਂਜ ਚਾਹਤੇ ਹੋ ਕਿ ਬੁੱਕਸ ਬੈਡਸ ਮੰਗਵਾਏ ਸਾਰੀ ਔਰ ਮੈਂ ਇੱਕ ਮੈਸੇਜ ਦੇਣਾ ਚਾਹਤੀ ਹੂੰ ਕਿ ਸਟੱਡੀ ਓਵਰਆਲ ਕੰਟਰੀ ਮੇ ਪਾਕਿਸਤਾਨ ਮੇ ਸਟੱਡੀ ਸੇਮ ਹੋਣੀ ਚਾਹੀਏ ਚਾਹੇ ਵੋ ਹਾਈ ਸਟੈਂਡਰਡ ਸਕੂਲ ਹੋ ਚਾਹੇ ਵੋ ਲੋ ਸਟੈਂਡਰਡ ਹੋ ਚਾਹੇ ਗੌਰਮੈਂਟ ਹੋ ਲੇਕਿਨ ਕੋਰਸ ਔਰ ਸਟੱਡੀ ਸਭ ਕਾ ਸੇਮ ਹੋਣਾ ਚਾਹੀਏ ਇਹ ਮੇਰਾ ਮੈਸੇਜ ਹੈ ਐਗਰੀ ਔਰ ਆਪਨੇ ਫਾਈਨ
माइक पकड़ो सामने देखो. Twinkle, twinkle, little star, how I wonder what you are. Up above, what you are, like a diamond in the sky. Wow! Thank you, Lahore News ki taraf se aapke liye. Thank you, bacho. Thank you. Thank you. جی ناظرین بڑا مزہ آیا کسی اور سے بات کرتے ہیں. السلام علیکم. وعلیکم السلام. آپ کا نام؟ انزا. انزا کیا کرتے ہو آپ؟ پڑھتی ہوں. کیا پڑھتے ہو؟ اسکول میں. ایسے کیوں بول رہے ہو؟ ایسے ہی. تھکے ہوئے ہو؟ نہیں تو. کیوں نہیں تھکی ہوئی؟ کب کی اٹھی ہوئی ہو؟ صبح کی. کتنے بجے کی؟ صبح بچے اسکول گئے تھے 6 بجے. اس کے بچے؟ ماموں کے. ماموں. اچھا ماموں کے. 6 بجے کی اٹھی ہوئی ہو؟ جی. اور بھیجا تھا. ارے کیا کھاتی ہو؟ کھانا کھاتی ہوں. وہ تو میں بھی کھاتی ہوں لیکن 6 بجے سے ابھی تک تم فریش ہو. جی. ایسا کوئی راستہ ہوگا؟ نہیں تو کھانا کھاتی ہوں, روٹی کھاتی ہوں اور تو کچھ. پسند کیا ہے؟ مجھے سب کچھ پسند, سب کچھ کھاتی ہوں. چلو سوال کرو. جی. اچھا جب ہم پیدا ہوتے ہیں تو چھوٹے سے ہوتے ہیں پھر بڑے ہو جاتے ہیں, ایسا ہی ہے؟ جی. لیکن ہمارے باڈی پارٹ ہے ایک جو بالکل بھی کبھی بڑا نہیں ہوتا. ہمارے ہاتھ بھی بڑے ہو گئے, ہم سب بڑے ہو گئے, باڈی پارٹ نہیں بڑا ہوتا. وہ کون سا؟ آئیز. سوچ لو. آئیز تو بڑی ہوتی ہے. آئی بال. کلیپنگ کرو اپنے لیے. کیا سنا آپ سانگ؟ ٹپ ٹپ برسا پانی, پانی میں آگ لگائی, آگ لگی دل میں تو دل کو تیری یاد آئی. اب تو ہی بتاؤ سنم میں کیا کروں. ٹپ ٹپ برسا پانی. زبردست. لاہور نیوز کی طرف سے آپ کے لیے گیا. تھینک یو. یو ویلکم. جی ناظرین بہت انٹیلیجنٹ لڑکی تھی اور ایکٹیو بھی تھی اور گانا بھی اچھا سنایا, جواب بھی صحیح دیا. بہت صبح 6 بجے اٹھتی ہے, بہت ساری خوبیاں دی. کسی اور سے بات کرتے ہیں. السلام علیکم. السلام علیکم. آپ کا نام؟ فرادیبا. آرزو. بیبی کا نام؟ جنت. آپ کا نام؟ نانی. نانی. کون سی کلاس میں ہو؟ کیا عمر ہے اس کی؟ ابھی 3 سال. ماشاء اللہ ہائٹ اچھی ہے ویسے. اوکے جی. آپ کیا کرتی ہیں؟ میں کچھ بھی نہیں, گھر پہ. اور آپ؟ بس ایسے گھر پہ. کیا رشتہ آپ لوگوں کا؟ بیٹا ہے میری. یہ ماشاء اللہ. چلیے جی سوال کرو. ریڈی ہوں؟ پہلے سوال پوچھیں. اچھا مجھے یہ بتا دیں آپ کہ جب بچہ پیدا ہوتا ہے تو چھوٹا ہوتا ہے, جب بڑا ہو جاتا ہے ہماری باڈی گرو کر جاتی ہے, لیکن کون سا پارٹ ہے جو کبھی گرو نہیں کرتا, وہ بڑا نہیں ہوتا, چھوٹا ہی رہتا ہے ہم؟ دل. چلے آئی بال. ویسے ٹھیک ہے. چلے کیا شیئر کریں گے آپ؟ شیئر سنا دیں. خود ہی کو کر بلند اتنا کہ خدا بندے سے خود پوچھے بتا تیری رضا کیا. زبردست. اور آپ؟ ریسپی پیش کروں گی. آلو بخارے. آلو بخارے کی چٹنی. اس کو پہلے آلو ابالے کو ابال لیں, اس کو ابالنے کے بعد اس کو شیرہ ابالیں, شیرہ ابال کے آلو بخارا اس کے بیچ میں ڈالیں اور بیچ میں پستہ بادام اور ڈال کے اس کو ٹھنڈا کرنے کے بعد اس کو یوز کریں. زبردست آلو بخارے کی چٹنی تیار. واہ جی واہ. لاہور نیوز کی طرف سے آپ کے لیے گئے. شکریہ. جی ناظرین کسی اور سے بات کرتے ہیں. السلام علیکم. وعلیکم السلام. آپ کا نام؟ نورین. میرا نام مہم. آپ کا نام؟ شامیز. فائز. بتاؤ. اچھا جی کون اسکول کون کون جاتا ہے؟ کلاس پرپ ٹو کلاس نسی کلاس. یہ سارے بہن بھائی ہیں؟ نہیں کزن وغیرہ بھی. کزن ہیں جی. اوکے. آپ ان کی کیا؟ میں ان کی نانی. سب کی؟ سب کی نانی, اس کی دادی. ارے واہ ماشاء اللہ. چلے جی ٹھیک ہو گیا. ان سب میں سب سے شرارتی کون ہے؟ یہ شرارتی تو ماشاء اللہ سبھی ہیں. سب سے زیادہ شرارتی ہے یہ جو کھڑا ہوا ہے, یہ سب سے زیادہ شرارتی. ارے کیا شرارت کرتے ہو؟ میں کھیلتا ہوں کچھ اور کھیلتا ہوں. میں چور کھیلتے ہو؟ ٹھیک ہو گیا. چلو مجھے بتاؤ, آپ چھوٹے بچوں سے سوال کرتی ہوں, وہ کیا چیز ہے جو آپ کی ہے مگر آپ کے کزنز اس کو زیادہ یوز کرتے ہیں؟ بہن بھائی.
मैन भाई कैसे यूज हो जाएंगे? पेंसिल? नो। पेंसिल? क्यूट। फाइज जैसे जैसे कजन नहीं होते मेरे ऐसे कजन नहीं होते मेरे तो बस सारी ये की बात है। चले जी सामने देखो बच्चों क्या शेयर करेंगे आप। बस मैं ये कहना चाहूँगी कि कहते पकाने में आपको क्या आता है, मैं कहती टिक्की वगैरह बना लेती हूँ, टिक्का मसाला डाल के बना के वो कोले का दम दे देती हूँ तो वो बन जाता है, बच्चे खुश होकर खा लेते हैं। बस जबरदस्त। क्या सुनाओगी? सुना दो कोई सुना वो गाना सुना दो। दिल दिल पाकिस्तान जा जा पाकिस्तान, दिल दिल पाकिस्तान जा जा पाकिस्तान, ऐसी जमीन और आसमां इनके सिवा जाना कहाँ, बढ़ती रहे ये रोशनी चलता रहे ये कारवा, दिल दिल पाकिस्तान जा जा पाकिस्तान, दिल दिल पाकिस्तान जा जा पाकिस्तान। अच्छा आप मेरे पास आए थे, आपने क्या सुना? मैंने पोएम, रेन ऑन द ग्रीन ग्रास, रेन ऑन द ट्री, रेन ऑन द हाउस बट नॉट ऑन मी। जबरदस्त। लाहौर न्यूज की तरफ से आप लोगों के लिए गिफ्ट, ये लो पागो जी। हाँ जी, बहुत क्यूट बच्चे थे, बड़े प्यारे थे, बड़ा मजा आया। किसी और से बात करते हैं। अस्सलाम वालेकुम। वालेकुम सलाम। क्या नाम है आपका? फखर अब्बास मक्सी। क्या करते हैं आप? मैं वैसे तो स्टूडेंट हूँ लेकिन अभी रिसेंटली जॉब भी स्टार्ट की है। क्या? अकाउंट्स ऑफिस में हूँ। क्या उम्र आप? मेरी एज होगी 26 साल। 26। ठीक हो गया, सवाल करते हैं आपसे। रेडी हैं? इजी कीजिएगा लेकिन। अच्छा चलो इजी कर लेते हैं। मुझे बताओ वो कौन सा जानदार है जो अपनी आँखें नहीं झपकाता? खाने वाला है। तुम एग्जैक्ट नाम ना बताओ, खाली उसकी नस्ल बता दो। सॉरी मैम। सॉरी नराई को। क्या शेयर करेंगे आप? सॉन्ग मैम। थोड़ा सा लाउड हो जाए। फुल लाउड। मार गई उड़ीक मैनू दे गया तारीख, मेरा ढोला नहीं आया है, मार गई उड़ीक दिन रात दी, मार गई उड़ीक मैनू दे गया तारीख, मेरा ढोला नहीं आया है, मार गई उड़ीक दिन रात दी, हासे डुब गए हंजुआ तले, सियो मैनू लग गए रोग अवले, कोई मेरा दिल ते वस न चले, की करा मर चलिया मैं तकदी तकदी, सुंजिया रावा प्यार दिया है, मार गई उड़ीक मैनू दे गया तारीख, मेरा डोला नहीं आया है, मार गई उड़ीक दिन रात दी। जबरदस्त। सीखते हैं गाना? नहीं बस वैसे ही दोस्तों में और ऐसी फ्रेंड्स में बस। बहुत अच्छी आवाज है आपकी। लाहौर न्यूज की तरफ से आपके लिए गए। थैंक यू सो मच। यू वेलकम। मुझे तो बहुत अच्छा लगा गाना, उम्मीद है कि आपको भी अच्छा लगेगा। किसी और से बात करते हैं। अस्सलाम वालेकुम। वालेकुम अस्सलाम। आपका नाम? मुअज्जमा। क्या करती हैं आप? मैं टीचिंग करती हूँ। क्या पढ़ाती हैं? मैं प्री स्कूल को पढ़ाती हूँ। ओके, मुझे बताएं वो क्या चीज़ है जो लाहौर से कराची जाती है बगैर हरकत किए? बगैर हरकत किए जाती है हमारी सोच। हमारी सोच नहीं। क्या शेयर करेंगे? मैं सॉन्ग सुना देती हूँ। तुम्हें कोई और देखे तो जलता है दिल, बड़ी मुश्किलों से फिर संभलता है दिल, क्या क्या जतन करते हैं तुम्हें क्या पता, ये दिल बेकरार कितना ये हम नहीं जानते,
मगर जी नहीं सकते तुम्हारे बिना। जबरदस्त, लाहौर न्यूज की तरफ से आपके लिए गया। थैंक यू सो मच। वेलकम जी नाजरीन, बहुत मजा आया जी नाजरीन। टाइम हो गया है एक ब्रेक का, सो लेट्स हैव अ ब्रेक।